ਕਾਲੀ ਸਾਰੇ ਜਣੇ ਨੂੰ ਹੋਪਫੁਲ ਤੀ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਆ ਮੇਰੇ ਚੈਨਲ ਤੇ ਜਿਹਦਾ ਨਾਮ ਕਿ ਜਸ਼ਨ ਗਿੱਲ ਵਲੌਗਸ। ਤੇ ਅੱਜ ਇੰਨੀ ਸਵੇਰ ਦੀ ਹਵਾ ਹਵਾ ਵਗਣ ਡਈ ਆ, ਖਲਾਰੇ ਪੈ ਗਏ, ਸਫਾਈ ਕਰੀਆਂ ਨੇ ਪਰ ਫਿਰ ਗੰਦ ਪਈ ਜਾਂਦਾ। ਤੇ ਅੱਜ ਦਾ ਵਲੌਗ ਆਪਣਾ ਹੈਗਾ, ਅੱਜ ਮੈਂ ਚੱਲੀ ਹਾਂ ਆਪਣੀ ਸਕੂਲ ਚਾਈਲਡਹੁੱਡ ਫਰੈਂਡ ਤੋਂ। ਉੱਧਰ ਕਾਫੀ ਟਾਈਮ ਹੋ ਗਏ ਗਈ ਨਹੀਂ ਸੀ ਤੇ ਉੱਥੇ ਚੱਲੀ, ਉਹਨੇ ਮੈਨੂੰ ਬੁਲਾਇਆ, ਨਾਲ ਉੱਥੇ ਆਪਾਂ ਉਹਨੂੰ ਮਿਲਾਵਾਂਗੇ, ਗੱਲਾਂ ਬਾਤਾਂ ਕਰਾਂਗੇ, ਉਹਨੂੰ ਵਿਖਾਵਾਂਗੇ ਉੱਥੇ ਅੱਜ ਮੈਂ ਚੱਲੀ ਹਾਂ। ਅਤੇ ਮੈਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰ ਲਈਏ ਕਿਉਂਕਿ ਹਲੇ ਮੈਂ ਤਿਆਰ ਹੋਣਾ ਵਾਂ। ਅਤੇ ਇਹ ਕਿਤੇ ਹਵਾ ਬੜੀ ਵਗਣ ਡੀ, ਮੈਨੂੰ ਲੱਗਦਾ ਆਹ ਹਵਾ ਨਾਲ ਸਾਰੇ ਬਿਮਾਰ ਹੋਣਗੇ, ਸਾਰੇ ਆਪਣਾ ਬਾਅਦ 'ਚ ਬਚਾ ਕਰਿਓ ਕਿ ਠੰਡ ਆਉਂਦੀ ਬੜੀ ਲੱਗਦੀ ਹੁੰਦੀ ਜਾਂਦੀ ਵੀ। ਅਤੇ ਹੁਣ ਆਪਾਂ ਜਲਦੀ ਦੀ ਤਿਆਰ ਹੋਈਏ ਅਤੇ ਇਲੂ ਨੂੰ ਮੈਂ ਵਿਖਾਉਂਦੀ, ਇਲੂ ਦਾ ਕੁੱਤਾ ਵਿਖਾਉਂਦੀ। ਇਲੂ ਵੀਰੇ ਸਤਿ ਸ਼੍ਰੀ ਅਕਾਲ। ਇਲੂ ਤੁਹਾਡੇ ਕੁੱਤੇ ਦਾ ਨਾਂ ਕੀ ਆ? ਥੱਪੜ ਮਾਰਨਾ। ਕੁੱਤਿਆਂ ਦਾ ਨਾਂ ਦੱਸ ਕੀ ਆਪਣੇ? ਉਹ ਲਾਵ ਆ ਗਈ ਆਪਣੀ। ਹੈਲੋ ਲਾਵ, ਇਹ ਕਲਾਸ ਲਾਉਣ ਡੀ ਬੱਚਿਆਂ ਦੀ ਨਾਲ। ਮੈਂ ਕਿਹਾ ਤੁਹਾਡੇ ਘਰ ਚਾਰ ਪੰਜ ਕੁੱਤੇ, ਕੁੱਤਿਆਂ ਦਾ ਨਾਂ ਦੱਸ ਦਿੰਦੇ। ਜਸ਼ਨ, ਲਾਵ, ਪ੍ਰੀਤੀ ਆਂਦਾ ਨਹੀਂ, ਸੱਚੀ ਦੱਸ ਇਹ ਲੋ ਕਿਹੜੇ ਕਿਹੜੇ ਕੁੱਤੇ? ਸੱਚੀ ਤੋਂ ਕਿਊਟ ਕੁੱਤਾ ਜਿਹੜਾ ਮੈਨੂੰ ਬੜਾ ਪਸੰਦ ਹੀ ਦਾ ਨਾ ਓਰੀਓ। ਗੁੱਗੂ ਓਰੀਓ ਆਵੇ, ਮੈਂ ਵੀ ਕੁੱਤਾ ਕਹਿੰਦੇ, ਮੈਂ ਵੀ ਕੁੱਤਾ ਹੀ ਆ। ਨਹੀਂ ਅਮਰ, ਪਜਾਮਾ ਕੁੱਤਾ, ਪਜਾਮਾ ਕੁੱਤਾ ਅਮਰ, ਪਜਾਮੇ ਵਰਗਾ ਰੰਗ ਦਾ ਓਰੀਓ। ਇਹਨੂੰ ਮੈਨੂੰ ਦੇ ਦੇ, ਇਹਨੂੰ ਸਾਨੂੰ ਦੇ ਦੇ ਵੇਲਾ। ਇਹਦਾ ਨਾ ਓਰੀਓ ਜਿਹਾ। ਇਲੂ ਦਾ ਕੁੱਤਾ ਕਿੱਦਾਂ ਕਿਊਟ, ਮੈਂ ਚਪੇੜ ਮਾਰਨੀ ਆ ਇਹਨਾਂ ਦੇ। ਪੀਕੋ ਦਾ ਤੇਰਾ ਮੂੰਹ ਸੇਮ ਹੀ, ਇਲੂ ਇੱਕ ਇਲੂ ਵਾਈਟ ਕੁੱਤੇ ਦਾ ਨਾਂ ਸੱਚੀ ਬੜਾ ਸੋਹਣਾ ਨਾ ਉਹਦਾ ਨਾਂ। ਓਏ ਇਹ ਸਭ ਤੋਂ ਕਿਊਟ ਕੁੱਤਾ ਜੇ ਇਲੂ ਕਾ। ਇਲੂ ਜਸ਼ਨ ਲਾਵ ਤੇ ਹਰਮਨ ਤੇ ਪ੍ਰੀਤੀ। ਨਹੀਂ ਵੀਰੇ ਸੱਚੀ ਦੱਸ, ਚਲੋ ਠੀਕ ਆ, ਮੈਂ ਹੁਣ ਲੱਗੀ ਹੁਣ ਛੇਤੀ ਛੇਤੀ ਤਿਆਰ ਤੇ ਉਹਨਾਂ ਨੂੰ ਮਿਲਦੇ ਆਪਾਂ ਸੋਹਣੇ ਸੋਹਣੇ ਬਣ ਕੇ। ਹੁਣ ਆਪਾਂ ਜਾਣਾ ਵਾ। ਓਕੇ ਗਾਈਸ, ਬਾਏ ਗਾਈਸ, ਬਾਏ। ਤੁਸੀਂ ਚੱਲੇ ਬਾਏ ਬਾਏ ਓਰੀਓ ਹਾਈ ਫਾਈ ਹੋਈ ਹਾਈ ਫਾਈ। ਤੇ ਹੁਣ ਮੈਂ ਨਹਾ ਲਿਆ, ਹੁਣ ਜਲਦੀ ਜਲਦੀ ਤਿਆਰ ਹੋਈਏ ਤੇ ਸ਼ੂਗਰ ਕੀ ਮੈਂ ਨਹਾ ਲਿਆ ਤੇ ਹੁਣ ਆਪਾਂ ਛੇ ਛੇਤੀ ਜਾਣਾ ਹੈ। ਤੇ ਇਲੂ ਵੀ ਜਾਊਗਾ ਵੀਰਾ ਤੇ ਇਲੂ। ਹਾਏ ਆ ਕਿੰਨੀਆਂ ਸੋਹਣੇ ਲਾਵੇ, ਉੱਪਰ ਇਹਦੀਆਂ ਹੱਡੀਆਂ ਬਣੀਆਂ ਹੀ ਪਟੇ ਉੱਪਰ। ਵਾਹ ਵੇਖੀ, ਹਾਈ ਫਾਈ ਹਾਈ ਫਾਈ, ਪੰਜਾਬੀ ਬੋਲੋ ਪੁੱਤ ਬਾਏ। ਮੂੰਹ ਨੀ ਧੋਤਾ ਅੱਜ, ਬਹੁਤ ਜ਼ਿਆਦਾ ਵਗਣ ਡੀ ਆ। ਹੁਣ ਇਲੂ ਤੇ ਹਰਨੇਕ ਮੈਨੂੰ ਮੇਰੀ ਫਰੈਂਡ ਘਰ ਛੱਡ ਜਾਣਗੇ, ਨਾਲੇ ਇਹਨਾਂ ਨੂੰ ਥੋੜ੍ਹਾ ਜਿਹਾ ਸ਼ਹਿਰ ਕੰਮ ਆ ਅਤੇ ਉਹ ਕਰਵਾਉਣਗੇ ਅਤੇ ਹੁਣ ਆਪਾਂ ਛੇਤੀ ਛੇਤੀ ਚੱਲੀ। ਹਰਨੇਕ ਆ ਖੋਲੀ, ਹਰਨੇਕ ਆ ਖੋਲਿਓ। ਇੱਕ ਤਾਂ ਹੱਥ 'ਚ ਸਮਾਨ ਬੜਾ ਮੇਰੇ ਅਤੇ ਹੁਣ ਆਪਾਂ ਚੱਲੀਏ। ਤਾਲਾ ਲਾਵਾਂ, ਅੰਦਰ ਲਾਤਾ ਲੋਕ। ਅੱਗੇ ਬੈਠੀ ਭਰਾਵਾ, ਮੈਂ ਅੱਗੇ ਬੈਠੀ, ਇਹਨੇ ਮੈਨੂੰ ਇਲੂ ਠਾਤਾ ਆਉਂਦਾ। ਇੱਥੇ ਡੌਨ ਸਾਹਿਬ ਦੀ ਸੀਟ ਆ, ਬਹੁਤ ਵਧੀਆ ਕੀਤਾ ਇਲੂ ਦਾ ਖੌਫ ਹੀ ਬੜਾ ਮੈਨੂੰ ਤੇ ਮੈਂ ਥਰ ਥਰ ਕੰਬਦੀ ਆ। ਹੋਰ ਵੀ ਦੱਸਿਓ ਕਿਹੜਾ ਇਲੂ ਡੌਨ ਤੋਂ ਥਰ 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 ਕੰਬਦਾ। ਤੇ ਹੁਣ ਆਪਾਂ ਨਿਕਲ ਗਏ ਆ ਜਾਣ ਦੀ ਤੇ ਹੁਣ ਆਪਾਂ ਤੁਹਾਨੂੰ ਜਾ ਕੇ ਮਿਲਾਂਗੇ। ਇਲੂ ਵੀਰੇ ਇੱਧਰ ਫੇਸ ਕਰਿਓ, ਕਿਊਟ ਜਿਹਾ ਆਪਣਾ। ਇਲੂ ਡੌਨ, ਇਲੂ ਡੌਨ, ਇਲੂ ਡੌਨ। ਨਹੀਂ ਕਹਾਂ, ਮੈਨੂੰ ਬੜੀਆਂ ਭੈੜੀਆਂ ਲੱਗਦੀਆਂ ਜਿਹੜੀਆਂ ਤੂੰ ਆ ਲਵਾ ਲੈਣਾ ਜਾਲੀਆਂ ਜੀਆਂ, ਆਹ ਹਨੇਰਾ ਹਨੇਰਾ ਜਿਹਾ ਲੱਗਦਾ ਰਹਿੰਦਾ ਵਾ। ਕੀ ਕਹਿ ਤੂੰ ਮੈਨੂੰ, ਕੋਈ ਇੱਕੋ ਲਿਪਸਟਿਕ ਆ ਹੈ ਤੇਰੇ ਕੋਲ, ਇੱਕੋ ਭਰਨਾ ਵਾ ਹੈ? ਮੇਰੇ ਨਾਲ ਗੱਲ ਕਰਦਾ, ਮੇਰੇ ਤੇ ਸ਼ੇਡਸ ਆ ਵੱਖਰੀਆਂ ਵੱਖਰੀਆਂ। ਕੋਈ ਸ਼ੇਡ ਲਾਈ ਹੁੰਦੀ ਤੂੰ ਰੋਜ਼? ਹਾਂ ਇੱਕੋ ਹੀ ਸ਼ੇਡ ਲਾਈ ਹੁੰਦੀ ਆ। ਤੂੰ ਲੈ ਦੇ ਮੈਨੂੰ ਦੋ ਚਾਰ, ਤੈਨੂੰ ਤਾਂ ਮੇਲੇ 'ਚ ਕਿਹਾ ਸੀ। ਹਾਂ ਮੇਲੇ 'ਚ ਤੈਨੂੰ ਕਿਹਾ ਸੀ, ਲੈ ਦਿੰਦਾ ਮੈਨੂੰ ਦੋ ਚਾਰ, ਕਿੰਨਾ ਵਧੀਆ ਹੁੰਦਾ। ਯਾਰ ਆ ਕਿੱਥੇ ਗਿਆ ਹਰਨੇਕ, ਤੇਲ ਪੈਣ ਡਿਆ ਗੱਡੀ 'ਚ। ਹਾਂਜੀ ਫਾਈਨਲੀ ਹੁਣ ਮੈਂ ਪਹੁੰਚ ਗਈ ਹਾਂ ਅਤੇ ਉੱਤਰ ਹਰਨੇਕ। ਮੈਂ ਕਿੰਨੇ ਚਿਰ ਬਾਅਦ ਆਈ ਹਾਂ ਗਲੀਆਂ 'ਚ, ਸਕੂਲ ਟਾਈਮ ਕਈ ਯਾਰ ਤੁਰ ਕੇ ਗਲੀਆਂ 'ਚ ਜਾਈਦਾ ਹੁੰਦਾ ਸੀ। ਮੇਰੇ ਸਵਾਗਤ 'ਚ ਮਿੱਟੀ ਵਿਛਾਈ ਹੋ ਨੇਕ, ਮਿੱਟੀ ਵਿਛਾਈ ਮੇਰੇ ਸਵਾਗਤ 'ਚ, ਨਹੀਂ ਤੂੰ ਆ ਰੇਤਾ ਵਿਛਾਈ ਆ। ਕੀ ਹਾਲ ਆ? ਬਾ ਉਹਨਾਂ ਨੂੰ ਬੁਲਾ ਲਾ। ਹਾਂ ਮੈਂ ਦੱਸਣ ਡੀ, ਮੈਂ ਆਪਣੀ ਚਾਹ
ਸਹੇਲੀ ਕੋ ਚਲੀ ਬੜੇ ਚਿਰ ਬਾਅਦ ਸੱਚੀ ਕੋਲ ਬੜੇ ਚਿਰ ਬਾਅਦ ਆਈ ਹਾਂ ਯਾਰ ਤੁਹਾਡੇ ਕੁੱਤੇ ਪਹੁੰਚ ਗਈ ਹਾਂ ਹਜੇ ਜਾਣ ਤੇ ਖੇਡ ਕੇ ਇਹਨਾਂ ਦੇ ਕੁੱਤੇ ਬੜੇ ਖਤਰਨਾਕ ਉਹ ਮੈਂ ਤਾਂ ਹੀ ਨਹੀਂ ਹੁੰਦੀ ਡਰ ਬੜਾ ਲੱਗਦਾ ਮੈਨੂੰ ਤੇ ਉਹ ਵੇਖ ਕੇ ਆਈ ਪੀਣ ਤੂੰ ਆਪ ਡਈ ਆ ਇਦਾਂ ਹੀ ਆ ਹਾਂ ਨਹੀਂ ਹੁਣ ਮੈਨੂੰ ਖਤਰਾ ਖਤਰਾ ਤੁਹਾਡੇ ਘਰ ਦਾ ਖਤਰਾ ਕੇ ਖਿਲਾਰੀ ਹੋ ਖਿਲਾੜੀ ਕੀ ਦਿੰਦੇ ਤੇਰੇ ਘਰ ਦੇ ਆਲੂ ਚੋਰੀ ਖਾ ਖਾ ਉਹ ਪਹਿਲਾ ਕੁੱਤਾ ਯਾਰ ਕੱਚੇ ਆਲੂ ਖਾਂਦਾ ਇਹ ਸਭ ਕੁਝ ਹੀ ਖਾਈ ਜਾਂਦਾ ਇਹਦਾ ਨਾਮ ਕੀ ਵੈ ਨਿਕਲੀਓ ਨੇਲ ਨਹੀਂ ਬੜੇ ਸੋਹਣੇ ਤੇਰੇ ਪੈਡੀਕਰ ਮੈਨੀਕਰ ਕਰਉਣੀ ਆ ਨੇਲ ਪੇਂਟ ਲਾਈ ਕਿਆ ਮੈਂ ਨੇਲ ਪੇਂਟ ਲਾਈ ਮੇਰਾ ਹੱਥ ਮੂੰਹ ਚ ਪਾਇਆ ਹੋਵੇ ਇੱਕ ਵਾਰੀ ਤਾਂ ਇੱਥੇ ਸ਼ੂਟ ਹੋਇਆ ਸੀ ਨਾ ਇੱਥੇ ਤੇ ਮੇਰਾ ਸ਼ੂਟ ਹੋਇਆ ਸੀ ਕਚੋ ਖਾਂਦੀ ਵੇਖ ਚਾ ਖਾ ਲਾ ਪੁੱਤ ਖਾ ਲਾ ਖਾ ਲਾ ਢਿੱਡ ਪੀੜ ਹੋ ਗਈ ਬਿਮਾਰ ਹੋ ਗਿਆ बड़ा खौफ पाया इन्होंने मैनूं मैंने नुकरे ला के बिठाया परौणी नूं परौणी आई तुहाडे घर मैं कलू कलू जो भी आ तू कली कलीव जी ठीक है दीदी ਇਹ ਆਲੇ ਆਲੇ ਹੱਥ ਜਾ ਰੱਖ ਲਾ ਦੀਦੀ ਆ ਮੈਂ ਤੇ ਮਾਂ ਰੱਖ ਲਾ ਕੁਛ ਨਹੀਂ ਚੱਲ ਬਹਿ ਗਈ ਇੱਥੇ ਬਹਿ ਜਾ ਸਿਰ ਰੱਖ ਦੇ ਤੂੰ ਦੀ ਆਵਾਜ਼ ਨਹੀਂ ਕਰਦੀ ਅੱਛਾ ਬਹਿ ਗਈ ਹਣ ਵਿਚਕਾਰ ਮੇਰੇ ਨਾਲ ਸੱਜ ਕੇ ਬੈਠੀ ਹੈ ਕੋਮਲ ਤੇਰੇ ਤੇ ਮੇਰੇ ਇਹਨੂੰ ਬਣਾ ਲੈ ਕੇ ਨਾ ਸਾਡੇ ਕੋ ਚੱਲ ਆਈ ਖਵਾ ਦੂੰਗੀ ਇਹਨੂੰ ਵੀ ਰੋਟੀ ਪਾਣੀ ਆ ਜੀ ਕੁਲ ਮੈਂ ਭੁੱਖੀ ਰਹਿਣੀ ਆ ਤੂੰ ਵੀ ਤੇ ਦੇਣਾ ਮੈਨੂੰ ਕੱਚੇ ਆਲੂ ਜਿੰਨੇ ਕਹਿੰਗੇ ਉਹਨੇ ਖਵਾਉਂ ਤੈਨੂੰ ਨਹੀਂ ਉਹ ਬਾਲ ਕੇ ਦੇ ਦੇ ਤੂੰ ਵੀ ਖਾ ਲਾ ਜਸ਼ਨ ਤੂੰ ਜਾ ਪੁੱਛੋ ਨਹੀਂ ਹੈ ਸੇਵਾ ਹੋਣੀ ਖਾਤਰਦਾਰੀ ਹੋਣੀ ਤਾਂ ਅੱਗੇ ਮੈਂ ਨਾ ਹੱਸਾ ਪੈ ਗਿਆ ਇੰਨਾ ਗਰਮ ਮੈਂ ਸਿੱਧਾ ਮੂੰਹ ਸੜ ਗਿਆ ਮੇਰਾ ਦਿਨੇਸ਼ ਦੇ ਉੱਤੇ ਪਤਾ ਮੈਂ ਕਿੰਨਾ ਮੂੰਹ ਚ ਕੰਟਰੋਲ ਕੀਤਾ ਸੜ ਗਿਆ ਮੇਰਾ ਮੂੰਹ ਖਾ ਲੋ ਦੀਦੀ ਆ ਮੇਰੀ ਕੋਮਲ ਮੇਰੀ ਸਕੂਲ ਫਰੈਂਡ ਆ ਕੋਮਲ ਤੇ ਵੇਖਿਆ ਹੋਣਾ ਕਈ ਯਾਰ ਮੇਰੇ ਨਾਲ ਵੀਡੀਓ ਰੀਲਸ ਵਿੱਚ ਆਉਂਦੀ ਆ ਤੇ ਆ ਦੇ ਆ ਦੋਨਾਂ ਫਾਈਨਲੀ ਬਹਿ ਗਈ ਮੇਰੇ ਲਾਗੇ ਇਹ ਮੂੰਹ ਥੱਲੇ ਕੀ ਆ ਮਾਂ ਕੋਮਲ ਤੂੰ ਮੇਰਾ ਡਰ ਕੱਢਿਆ ਵੈ ਇਹਦੇ ਨਾਲ ਬਹਿ ਕੇ ਹੈ ਨੋ 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 ਬੈਠੋ ਬੈਠੋ ਕਹਿ ਨਾ ਬੋ ਹਾਂ ਆ ਵੀ ਤੇਰਾ ਬੋਲ ਆ ਵੀ ਛਣਕਣੀ ਫਸਟ ਡਰੈਸ ਥੈਂਕ ਯੂ ਸੈਕਿੰਡ ਟਾਪ ਇੰਨੀ ਖੇਚਲ ਕੀਤੀ ਇਹਨੇ ਮੇਰੀ ਇਹ ਥਰਡ ਡਰੈਸ ਡਰੈਸ ਕਲੈਕਸ਼ਨ ਫੋਰਥ ਫਿਫਥ ਸਿਕਸਥ ਸੀ ਨਾ ਐਂਡ ਸੈਵਨਥ ਉਹ ਵਾਲੀ ਰਹਿ ਗਈ ਰੈੱਡ ਇਹ ਡਰੈਸਾਂ ਲੈ ਕੇ ਆਈ ਮੇਰੇ ਲਈ ਏਟ ਹਾਂ ਟੋਪ ਵੈਰੀ ਨਾਈਸ ਇੱਕ ਵਾਈਟ ਰਹਿ ਗਿਆ ਵਾਲਾ ਕਿੰਨੇ ਹੋ ਗਏ ਆ ਮੇਰੀ ਗਿਣਤੀ ਭੁੱਲ ਗਈ ਮੈਨੂੰ ਆਂਟੀ ਦੱਸੋ ਮੈਨੂੰ ਗਿਣਤੀ ਭੁੱਲ ਗਈ ਆ ਛੇ ਡਰੈਸਾਂ ਇਹ ਤਾਂ ਬਾਅਦ ਆ ਉੱਪਰ ਟੋਪ ਸੱਤ ਅੱਠ ਨੌ ਦਸ ਗਿਆਰਾਂ ਉਹ ਵਿਖਾਉਣਾ ਇਹ ਬਾਹਰ ਗਈ ਉੱਥੋਂ ਵੀ ਲੈ ਕੇ ਆਈ ਹਾਂ ਇਹ ਸਾਰੇ ਕੱਪੜੇ ਦੱਸੋ ਤੁਹਾਨੂੰ ਕਿੱਦਾਂ ਜੇ ਕਿਸੇ ਨੇ ਵੀ ਕਿੱਦਾਂ ਦੀ ਡਰੈਸ ਮੰਗਵਾਉਣੀ ਹੋਗੀ ਮੇਰੀ ਸਹੇਲੀ ਨੂੰ ਕੰਟੈਕਟ ਕਰ ਲਿਓ ਇਹ ਕੱਪੜੇ ਡਿਜ਼ਾਈਨ ਕਰਦੀ ਆ ਇਹ ਇਹਨਾਂ ਨੂੰ ਕਲੈਕਟ ਕਰ ਲਿਓ ਤੁਹਾਨੂੰ ਆਪੇ ਹੀ ਕਰ ਦੂਗੀ ਕਰਕੇ ਜਿੱਤੇ ਆ ਨਾ ਇਹਨਾਂ ਨਾਲ ਕੰਟੈਕਟ ਕਰ ਲਿਓ ਤੁਹਾਨੂੰ ਆਪੇ ਤੁਹਾਨੂੰ ਦੇ ਦੂਗੀ ਚਲੋ ਹੁਣ ਤੇ ਕਰਕੇ ਕੇ ਪਾਓ ਮੇਰੇ ਬੈਗ 'ਚ ਮੈਂ ਜਾਵਾਂ ਡੋਲੀ ਤੋਰੋ ਮੇਰੀ ਮੇਰੀ ਸਹੇਲੀ ਨੂੰ ਮਿਲ ਲਓ ਕੋਮਲ ਨੂੰ ਇਹ ਮੇਰੀ ਸਕੂਲ ਫਰੈਂਡ ਮੇਰੀ ਚਾਈਲਡਹੁੱਡ ਫਰੈਂਡ ਆ ਕਿੱਦਾਂ ਫਿਰ ਖੁਸ਼ੀ ਹੋਈ ਤੈਨੂੰ ਅੱਜ ਮੈਂ ਤੇਰੇ ਕੋਲ ਆਈ ਹਾਂ ਤੇ ਇਹ ਜੇ ਬਹੁਤ ਸੰਗਦੀ ਆ ਓਦਾਂ ਨਹੀਂ ਸੰਗਦੀ ਰੀਲਾਂ ਬਣਾਉਣ 'ਚ ਇੱਦਾਂ ਸੰਗਦੀ ਹੁੰਦੀ ਮੈਨੂੰ ਸ਼ਾਏ ਫੀਲ ਹੁੰਦਾ ਤੇ ਚਲੋ ਠੀਕ ਆ ਆਪਾਂ ਮਿਲਾਉਣਾ ਹੀ ਤੁਹਾਨੂੰ ਮਿਲਾ ਦੇਣ ਆਪਾਂ ਇਹਨੇ ਮੈਨੂੰ ਡਰਾਵਣੀ ਫਿਲਮ ਲਾ ਕੇ ਦਿੱਤੀ ਆ ਉਹ ਵੇਖਣ ਡੇ ਆ ਤੇ ਚਲੋ ਠੀਕ ਆ ਕੁਝ ਖਾ ਪੀ ਲਈਏ ਤੁਹਾਨੂੰ ਮੈਂ ਮਿਲਾ ਤਾ ਮਿਲ ਲਿਆ ਹੋਰ ਮੇਰੇ ਕੁਝ ਮੇਰੇ ਬਾਰੇ ਕੁਝ ਕਹਿਣਾ ਚਾਹੀਦਾ ਨਹੀਂ ਉਹ ਬੋਲਤੀ ਬੰਦ ਹੋ ਗਈ ਕੈਮਰਾ ਆਉਣਾ ਹੈ ਚਲੋ ਠੀਕ ਆ ਫਿਰ ਓਕੇ ਨਾਲੇ ਵਿਖਾਉਣ ਦੀ ਨਾਲੇ ਆਪਣੇ ਵਾਲ ਖਿਲਾ ਰਹੇ ਤੇ ਨਾਲ ਉਹਨੂੰ ਭੂਤਨੀ ਨੂੰ ਵਿਖਾਉਣ ਦੀ ਨਾਲ ਨਾਲ ਕੋਮਲ ਤੁਝੇ ਵੀ ਨਹੀਂ ਛੋੜੂੰਗੀ ਮੈਂ ਕਿਹਨੂੰ ਕਹਿੰਦੇ ਦੱਸੋ ਸਾਊਥ ਫਿਲਮਾਂ ਕਿੱਦਾਂ ਦੀ ਲੱਗਦੀ ਹੈ ਮੈਨੂੰ ਤਾਂ ਬਹੁਤ ਪਸੰਦ ਆ ਇਹਨੇ ਵੀ ਲਾ ਕੇ ਦਿੱਤੀ ਸਾਊਥ ਫਿਲਮ ਬਹੁਤ ਵਧੀਆ ਲੱਗਦੀ ਹੈ ਮੈਂ ਹੁਣ ਆਪਾਂ ਚੱਲੇ ਹਾਂ ਘਰ ਨੂੰ ਤੇ ਕਿੱਥੇ ਗਈ ਕਲੇ ਕਲੂ ਕਲੂ ਹਰਨੇਕ ਮੈਨੂੰ ਲੈਣ ਆ ਗਿਆ ਤੇ ਚਲੋ ਠੀਕ ਆ ਮਿਲਦੇ ਹਾਂ ਓਕੇ ਫਿਰ ਮੁਟੀ ਬਾਏ ਆ ਜਾਈ ਹੁਣ ਤੂੰ ਓਕੇ ਬ੍ਰਦਰ ਮੈਨੂੰ ਲੈਣ ਆ ਗਿਆ ਤੇ ਹੁਣ ਆਪਾਂ ਚੱਲੇ ਹਾਂ ਘਰ
ਤੁਹਾਨੂੰ ਪਤਾ ਨਾ ਮਿਲਦੇ ਆ ਘਰੇ ਜਾ ਕੇ ਕਿਉਂਕਿ ਅੱਜ ਮੈਂ ਪੂਰਾ ਭਰ ਕੇ ਸ਼ਾਪਿੰਗ ਵਾਲਾ ਬੈਗ ਲੈ ਆਈ ਆ ਠੀਕ ਆ ਤੂੰ ਦਵਾਈ ਲੈ ਲਈ ਆ ਹਰਨੇਕ ਨੇ ਠੀਕ ਆ ਵਿਆਹ ਕੇ ਆ ਇੱਕਾਂ ਨੂੰ ਵਿਆਹ ਇੰਨੇ ਜ਼ਿਆਦਾ ਪੈ ਗਏ ਆ ਤੇ ਇੱਕ ਜੇ ਆਉਂਦਾ ਨਹੀਂ ਤੇ ਆਉਂਦਾ ਨਹੀਂ ਕੋਈ ਵੀ ਜੇ ਆ ਜਾਂਦੇ ਆ ਤੇ ਇਕੱਠੇ ਹੀ ਆ ਜਾਂਦੇ ਆ ਤੇ ਉਦਣ ਤੇ ਕਾਫੀ ਜ਼ਿਆਦਾ ਸਾਰੇ ਬਿਮਾਰ ਹੋਏ ਆ ਤੇ ਹੁਣ ਫਿਰ ਲਗਾਤਾਰ ਫਿਰ ਫੰਕਸ਼ਨ ਆ ਉਦਣ ਨਾ ਲਗਾਤਾਰ ਜਿਹੜੇ ਫੰਕਸ਼ਨ ਆ ਤੇ ਕੁਝ ਖਾਧਾ ਨਹੀਂ ਜਾਂਦਾ ਨਾ ਵੇਖਿਆ ਜਾਂਦਾ ਇੱਕ ਬਿਮਾਰ ਪੈ ਜਾਈਦਾ ਅਲੱਗ ਅਲੱਗ ਰੁਕ ਰੁਕ ਕੇ ਹੋਣੇ ਚਾਹੀਦੇ ਆ ਤੇ ਚਲੋ ਹੁਣ ਆਪਾਂ ਚੱਲੇ ਹਾਂ ਘਰ ਘਰੇ ਜਾ ਕੇ ਹੁਣ ਤੁਹਾਨੂੰ ਆਪਾਂ ਮਿਲਦੇ ਹਾਂ ਤੇ ਸਮਾਨ ਤੇ ਡਰੈਸਿਸ ਕਲੈਕਸ਼ਨ ਤੁਸੀਂ ਵੇਖ ਹੀ ਲਿਆ ਸੀ ਦੱਸਿਓ ਕਿਵੇਂ ਲੱਗੀਆਂ ਸਭ ਤੋਂ ਸੋਹਣੀ ਡਰੈਸ ਕਿਹੜੀ ਲੱਗੀ ਤੇ ਹਰਨੇਕ ਨੇ ਤੇ ਐ ਕਾਲੀ ਐਨਕ ਨਾ ਲਾਇਆ ਕਰ ਹਰਨੇਕ ਦਾ ਵੀ ਕਾਫੀ ਜ਼ਿਆਦਾ ਗਲਾ ਖਰਾਬ ਆ ਮੌਸਮ ਇੱਕਦਮ ਤੁਹਾਨੂੰ ਪਤਾ ਚੇਂਜ ਹੋਣ ਲੱਗ ਪਿਆ ਆਪਣਾ ਖਿਆਲ ਰੱਖੋ ਸਾਰੇ ਹਰੇ ਯਾਰ ਕਿ ਮੈਂ ਤੇ ਫੀਜ਼ ਨਹੀਂ ਵਿਖਾਉਣਾ ਬਾਹਰ ਨਿਕਲ ਨਹੀਂ ਡਈ ਇਹ ਨਿਕਲ ਇਹ ਘਰੋਂ ਨਹੀਂ ਨਿਕਲਣ ਦਾ ਤੇ ਦੀ ਆਵਾਜ਼ ਨਹੀਂ ਨਿਕਲਣ ਦੀ ਇਹ ਬਸ ਮੈਨੂੰ ਛੱਡਣਾ ਹੈ ਤੇ ਮੈਨੂੰ ਲੈਣ ਆਇਆ ਹੈ ਕਿਉਂਕਿ ਮੈਨੂੰ ਹੁਣ ਔਖਾ ਜਿਹਾ ਲੱਗਦਾ ਚਲੋ ਪਹਿਲਾਂ ਤਾਂ ਜੋਬ ਵਗੈਰਾ ਤੇ ਜਾਂਦੀ ਨਹੀਂ ਬੱਸ ਵਗੈਰਾ ਤੇ ਹੁਣ ਕਈ ਔਖਾ ਜਿਹਾ ਲੱਗਦਾ ਤਿਆਰ ਹੋ ਕੇ ਚੰਗੀ ਤਰ੍ਹਾਂ ਹੈ ਨਾ ਮੈਨੂੰ ਕਿਹਾ ਸੀ ਮੈਨੂੰ ਲੈ ਜੀ ਤੇ ਛੱਡ ਜੀ ਤੇ ਹੁਣ ਇਹਦਾ ਕਾਫੀ ਜ਼ਿਆਦਾ ਵੇਖੋ ਬੁਰਾ ਹਾਲ ਆ ਵਿਚਾਰੇ ਦਾ ਮੈਂ ਕਿਹਾ ਦਵਾਈ ਦਵੂਈ ਲੈ ਚੰਗਾ ਚੰਗੀ ਮੇਰਾ ਵੀ ਇਹੀ ਆ ਸਾਰੇ ਬੜੇ ਬਿਮਾਰ ਪੈ ਜਾਂਦੇ ਵਿਆਹ ਹੋਰ ਵੇਖਣੇ ਆ ਤੇ ਚਲੋ ਠੀਕ ਆ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਘਰੇ ਜਾ ਕੇ ਹੁਣੇ ਘਰੇ ਜਾਣ ਡੇ ਪਰ ਲਾਗੇ ਸਾਡੇ ਨਾਨਕਿਆਂ ਦਾ ਘਰ ਆ ਤੇ ਮੈਂ ਤੇ ਨੇਕ ਨਿਆੜੇ ਸਰ ਮੈਂ ਆਪ ਮਾਮੀ ਆਪਣੀ ਨੂੰ ਫੋਨ ਕੀਤਾ ਵੀ ਨਿਆਣੇ ਘਰੇ ਕਿਉਂਕਿ ਉਹ ਟਿਊਸ਼ਨ ਦਾ ਟਾਈਮ ਜੋ ਹੋਇਆ ਵਾ ਟਿਊਸ਼ਨ ਨਾ ਗਏ ਹੁਣ ਤੇ ਮਾਮੀ ਕਹਿੰਦੇ ਕੀ ਕਹਿੰਦੇ ਨੂੰ ਬਾਹਰ ਹੀ ਖੇਡਣ ਡਿਆ ਤੇ ਮੈਂ ਕਹਿੰਦੇ ਚੱਲ ਚੱਲੀਏ ਜਾ ਕੇ ਇਹਨਾਂ ਨੂੰ ਡੋਨੇ ਦੋਵਾਂ ਆਣਿਆਂ ਨੂੰ ਤੇ ਦੱਸਣਾ ਨਹੀਂ ਅਸੀਂ ਆਉਣ ਡੇ ਆ ਤੇ ਹੁਣ ਮੈਂ ਤੇ ਨੇਕ ਨਾਨਕੇ ਚੱਲੇ ਆ ਚਾਹੁੰਦੇ ਤੌਰ ਤਾੜ ਵੇਖੀ ਦੋਵਾਂ ਦੇ ਮੰਜਣੀਆਂ ਨੇ ਇੱਕ ਜਾਂਦੇ ਹੀ ਵੇਖੇ ਇੱਕ ਬੰਨੇ ਤੇ ਉਹਨਾਂ ਨੇ ਵੇਖੋ ਆ ਕੇ ਚੰਬੜ ਜਾਣਾ ਦੋਵਾਂ ਨੇ ਚਾ ਚੜ ਜਾਣਾ ਦੀਦੀ ਤੇ ਨੇਕ ਆਇਆ ਤੇ ਚਲੋ ਤੁਹਾਨੂੰ ਵੀ ਇਹਦਾ ਰਿਐਕਸ਼ਨ ਵਿਖਾਉਂਦੇ ਆ ਤੇ ਜਾ ਕੇ ਕੁੱਟਦੇ ਹਾਂ ਵੇਖ ਲਿਆ ਜੇ ਭੱਜੇ ਆਏ ਰੇ ਭੱਜੇ ਆਏ ਰੇ ਦੋਵਾਂ ਨੇ ਵੇਖ ਲਿਆ ਹੀ ਕਿੱਦਾਂ ਲੱਗਾ ਤੁਹਾਡਾ ਸਰਪ੍ਰਾਈਜ਼ ਸੱਸ ਜੀ ਕਾ ਜਿੰਦਾ ਰਹਿ ਕਿੱਦਾਂ ਲੱਗਾ ਤੁਹਾਡਾ ਸਰਪ੍ਰਾਈਜ਼ ਬੜਾ ਵਧੀਆ ਸੱਸ ਜੀ ਕਾ ਮੇਰਾ ਸੱਸ ਜੀ ਕਾ ਅਈ ਯਾ ਜਾ ਕੇ ਨੇ ਇੱਕ ਡੋਨੇ ਦੋਵਾਂ ਨੂੰ ਨਾਲੇ ਸਰਪ੍ਰਾਈਜ਼ ਮੇਰਾ ਵਧੀਆ ਮੈਂ ਨੇ ਇੱਕ ਸਰਪ੍ਰਾਈਜ਼ ਦਿੰਨੇ ਆ ਆਖਣ ਨਹੀਂ ਮੈਂ ਲੱਗਦਾ ਮੈਂ ਆਪਣਾ ਨੇਕ ਵਾ ਆ ਦੋਵੇਂ ਭੱਜੇ ਆਏ ਬੜੀ ਲਿੱਸੀ ਹੋਈ ਆ ਕੀ ਹੋਇਆ ਤੈਨੂੰ ਆ ਵੇਖ ਚੱਟ ਲਵਾ ਲਈ ਅੱਗੇ ਲੈ ਧਿਆਨ ਨਾ ਦੇ ਤੇ ਮੈਂ ਚਲੋ ਜਾ ਕੇ ਮਿਲਦੇ ਆ ਕੁਝ ਨਹੀਂ ਖਾਣਾ ਖਾਏ ਆ ਜੇ ਬੂਥਾ ਭੱਜਿਆ ਹੌਲੀ ਹੌਲੀ ਜਾ ਨਾਸਾਂ ਬੜੀਆਂ ਭੰਦੀਆਂ ਹੁੰਦੀਆਂ ਈਓ ਚਲਾ ਲੈਂਦਾ ਹੀ ਮੈਨੂੰ ਵੀ ਬਿਠਾ ਕੇ ਚਲਾ ਲੈਂਦਾ ਇਹਨੂੰ ਕਿੰਨੇ ਸਿਖਾਈ ਜਾ ਤੂੰ ਵੀ ਸਿੱਖ ਲਾ ਬੋਲ ਮਾਰ ਬਸ ਦਾੜੀ ਤੂੰ ਨੀ ਖਾਣੇ ਹਾਇਆ ਉਹ ਕਿੱਥੇ ਸੱਟ ਲੱਗੀ ਇੰਨੀ ਜਾਣੇ ਕਿ ਐਂਬੂਲੈਂਸ ਨੂੰ ਫੋਨ ਕਰ ਸੱਟ ਜ਼ਿਆਦਾ ਲੱਗੀ ਕੁੜੀ ਚਾਹ ਪਾਣੀ ਪੀਓ ਚਲੋ ਚਲੋ ਠੀਕ ਆ ਹੁਣ ਆਪਾਂ ਚੱਲੇ ਹਾਂ ਘਰ ਤੇ ਕਿੱਧਰ ਆਪਾਂ ਆਏ ਸੀ ਤੇ ਕਿੱਥੋਂ ਆਪਾਂ ਐਂਡ ਲੱਗਿਆ ਕਰਨ ਸਰਪ੍ਰਾਈਜ਼ ਦੇ ਕੇ ਤੇ ਚਲੋ ਠੀਕ ਆ ਇਹ ਵਲੋਗ ਵਧੀਆ ਲੱਗਿਆ ਵੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਿਓ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਠੀਕ ਆ ਆਪਾਂ ਸਬਜ਼ੀ ਵੀ ਲੈ ਚੱਲੇ ਕਰਨ ਆਪਾਂ ਚਲੋ ਠੀਕ ਆ ਬਾਏ ਕਰਦੇ ਆ ਵੀ ਬਾਏ ਬਾਏ।